ਅਸਲਾਮੁਅਲੈਕੁਮ ਰahmatullahi ਵਬਰਕਾਤੋ ਕੀ ਆਲੇ ਮੇਰੇ ਭੈਣਾ ਭਰਾਵਾਂ ਦਾ ਮੇਰੇ ਦੋਸਤਾਂ ਦਾ ਮੇਰੇ ਸੱਜਣਾ ਬੇਲੀਆਂ ਦਾ ਮੇਰੇ ਬਜ਼ੁਰਗਾਂ ਦਾ ਸਾਰੇ ਠੀਕ ਹੋ ਰਾਜ਼ੀ ਹੋ ਖੁਸ਼ ਹੋ ਮਜ਼ਾਜ ਠੀਕ ਨੋ ਤੇ ਗੱਲ ਮੈਂ ਬੜੀ ਅਹਿਮ ਕਰੂਗਾ ਬਹੁਤ ਜ਼ਬਰਦਸਤ ਗੱਲ ਹੈ ਦੁਆਰ ਬੜਾ ਮਜ਼ਾ ਆਵੇਗਾ ਗੱਲ ਇਹ ਕਰਨੀ ਹੈ ਮੈਂ ਇੱਕ ਤੇ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਕਰਨਾ ਹੈ ਜਿੰਨਾ ਜਿੰਨਾ ਤੱਕ ਵੀਡੀਓ ਜਾਂਦੀ ਹੈ ਦੂਜੇ ਨੰਬਰ ਤੇ ਵੀਡੀਓ ਪੂਰੀ ਵੇਖਣੀ ਹੈ ਐਂਡ ਤੱਕ ਵੀਡੀਓ ਵੇਖਣੀ ਹੈ ਠੀਕ ਹੈ اور ਉਸ ਤੋਂ ਬਾਅਦ ਦੋਸਤ ਸਭ ਦਾ ਲਾਈਕ ਕਰਨੀ ਠੀਕ ਹੈ ਤੇ ਵੀਡੀਓ ਮੈਂ ਸ਼ੁਰੂ ਕਰੂੰਗਾ ਗੱਲ ਸ਼ੁਰੂ ਕਰੂੰਗਾ ਗੱਲ ਬੜੀ ਮਜ਼ੇ ਦੀ ਗੱਲ ਹੈ ਗੱਲ ਬੜੀ ਜ਼ਰੂਰੀ ਹੈ ਗੱਲ ਇਹ ਕਰਨੀ ਹੈ ਮੇਰੇ ਪਿਆਰੇ ਭੈਣਾ ਭਾਈਓ ਕਿ بڑا ਇੰਜ ਹੋਇਆ ਕਿ ਬੜਾ ਚੰਗਾ ਹੋ ਗਿਆ ਹੈ ਜਨਾਬ ਹਕੂਮਤ ਨੇ ਨਾ ਬਹੁਤ ਜ਼ਬਰਦਸਤ ਕਿਸਮ ਦਾ ਸਾਡਾ ਪੈਕੇਜ ਦੇ ਛੜਿਆ ਬੜਾ ਕਮਾਲ ਕਰ ਛੜਿਆ ਬਹੁਤ ਹੀ ਕਮਾਲ ਕੀਤਾ ਗੱਲ ਇਹ ਕੀਤੀ ਨੇ ਕਿ ਉਹ ਚਾਹ ਰਹੇ ਨੇ ਕਿ ਜਿਹੜਾ ਪਿਛਲਾ ਦੌਰ ਹੈ ਸਾਡੀ ਸੱਭਿਆਚਾਰਤ ਆਈ ਜਿਸ ਦੌਰ ਚ 84 955 60 ਚ ਆਸ ਉਹ ਕਹਿੰਦੇ ਨੇ ਕਿ ਉਹ ਸੱਭਿਆਚਾਰਤ ਵਾਪਸ ਆਵੇ ਸਾਡੇ ਵਾਸਤੇ ਮਿਹਰਬਾਨੀ ਕੀਤੀ ਉਹਨਾਂ ਬਾ ਉਸ ਸਾਬ ਚ ਵਾਪਸ ਜਾਓ ਤਾਂ ਕਿ ਸਾਰੇ ਮਾਮਲੇ ਤੁਹਾਡੇ ਸਹੀ ਹੋਣ ਮਤਲਬ ਇਹ ਬਿਹਤਰ ਹੈ ਕਿ ਮਤਲਬ ਇਹ ਤੁਸੀਂ ਇੱਕ ਤੇ ਇਹ ਕਿ ਤੁਸੀਂ ਠੰਡੀ ਆਵਾਜ਼ ਦਰਖਤਾਂ ਥੱਲੇ ਬਹਿ ਕੇ ਲਵੋ ਉੱਥੇ ਦਰਖਤਾਂ ਥੱਲੇ ਬਹੋਦੇ ਤੇ ਉਹ ਬੜਾ ਤੁਹਾਡੇ ਵਾਸਤੇ ਫਾਇਦੇਮੰਦ ਦੇ ਮਤਲਬ ਇਹ ਦਾ ਮਤਲਬ ਇਹ ਸੀਸ਼ੇ ਸੀਜ਼ ਨੁਕਸਾਨ ਦੇ ਇਹ ਸੀਜ਼ੇ ਬਿਜਲੀ ਸੀਜ਼ ਨੁਕਸਾਨ ਦੇ ਔਰ ਦੂਜੇ ਨੁਕਤੇ ਰਵੇ ਤੁਸੀਂ ਇਹ ਚ ਕਰ ਕੋਈ ਕਮਜ਼ੋਰ ਬਿਜਲੀ ਤਾਂ ਪੱਠੇ ਛੜੇ ਕੁਤਰਦੇ ਨੂੰ ਹੱਥਾਂ ਨਾਲ ਪੱਠੇ ਕੁਤਰੋ ਤਾਂ ਕਿ ਉਹ ਤੁਹਾਡੇ ਜਾਨ ਸਹੀ ਬਣੇ ਤੇ ਇਸ ਤਰ੍ਹਾਂ ਤੇਰੀ ਸਾਈਕਲ ਚਲਾਓ ਦੇ ਤੁਸੀਂ ਡੇਰਿਆ ਛੇਰਿਆ ਜਾਣਾ ਜਾਂ ਅੱਗੇ ਪਿਛੇ ਦਫਤਰਾ ਦੂਫਾ ਜਾਣਾ ਜੇ ਸਕੂਲ ਜਾਣਾ ਬੱਚਿਆਂ ਨੇ ਸਾਰਿਆਂ ਨੇ ਆਪਣਾ ਸਾਈਕਲ ਸੁੱਕਲ ਚਲਾਈ ਆਪਣਾ ਇਸ ਤਰ੍ਹਾਂ ਦਾ ਮਾਮਲਾਤ ਬਾਕੀ ਜਿਹੜੇ ਬੀਬੀਆਂ ਸਾਡੀਆਂ ਪੈਣਾ ਜੜੀਆਂ ਨੂੰ ਫਟਾਵਾ ਰੋਟੀ ਪਕਾ ਲੈਣੀਆਂ ਬਿਜਲੀ ਸੀਚੇ ਕੋ ਬਾੜ ਲੈਣੀਆਂ ਕੋਈ ਮਾਮਲਾਤ ਕਰ ਲੈਣੀਆਂ ਤੇ ਉਹ ਜ਼ਰੀ ਗੱਲ ਹੁਣ ਵੇਲੇ ਨਾਲ ਪਕਾਣੀ ਪਾਉਣੀ ਹੈ ਅਗਰ ਜੋੜੀ ਖਾਣੀ ਹੈ ਜੋ ਵੀ ਕਰਨਾ ਹੈ ਵੇੜੇ ਨਾਲ ਕਰ ਲਿਆ ਸ਼ਾਮੀ ਸ਼ਾਮੀ ਕਰ ਲਿਆ ਆਪਣਾ ਤੇ ਆਪਣਾ ਟੀਵੀ შე ਬਾੜ ਲੇ ਕਿਉਂ ਟੀਵੀਆਂ ਚ ਪਿਆਰ ਮੁਹੱਬਤ ਹੈ ਰਵੇ ਕਿ ਗੋਮਤ ਨੇ ਸਾਡੇ ਵੱਸ ਕੀਤਾ ਬੜੀ ਮਿਹਰਬਾਨੀ ਕੀਤੀ ਇਤਨਾ ਇਸ਼ਾਨ ਕੀਤਾ ਸਾਡੇ ਤੇ ਕਿ ਉਹਨਾਂ ਆਖਿਆ ਕਿ ਯਾਰ ਤੁਸੀਂ ਮਤਲਬ ਕਿ ਅਗਾ ਕਿਤੇ ਲੱਗ ਲੱਗੇ ਜਾਂਦੇ ਹੋ ਦਰਯਾ ਦੀ ਕੋ ਨਹੀਂ ਪਿਛਲਾ ਵਕਤ ਉਹਨਾਂ ਪਿਛਲਾ ਵਕਤ ਸਾਨੂੰ ਯਾਦ ਕਰਾਇਆ ਇਹ ਤਾਂ ਬੜਾ ਇਸ਼ਾਨ ਨਹੀਂ ਨਾ ਕੀਤਾ ਜਨਾਬ ਸਾਖ ਸਾਹਿਬ ਨੇ ਕਿ ਪਿਛਲਾ ਵਕਤ ਉਹਨਾਂ ਆਖਿਆ ਪਿਛਾ ਚੱਲੋ ਤੁਸੀਂ ਅੱਗੇ ਜਾਂਦੇ ਹੋ ਪਏ ਅਜੀਬ ਬੰਦੇ ਹੋ ਤੁਸੀਂ ਕਿਤੇ ਕਿਤੇ ਲੱਗੇ ਜਾਂਦੇ ਹੋ ਤੁਸੀਂ ਭੁੱਲੀ ਪੈ ਗਏ ਹੋ ਦੁਨੀਆ ਦੇ ਦੁਨੀਆ ਨਾਲ ਤੁਹਾਡਾ ਕੀ تعلق ਹੈ ਤੁਸੀਂ ਪਿੱਛਾ ਜਾਓ ਆਪਣਾ ਮਤਲਬ ਜਿਹੜਾ ਮਤਲਬ ਕਿਉਂਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਹੈ ਨਾ ਬਈ ਨਾ ਇਤਨੀ ਆਮਦਨੀ ਤੇ ਹੈ ਨਹੀਂ ਜਿੰਨਾ ਇਹ ਖਰਚੀ ਖਰਚਾ ਹੈ ਮਤਲਬ ਇਹ ਮਹਿੰਗਾਈ ਜਦ ਨਹੀਂ ਹੋ ਗਈ ਉਹਨਾਂ ਇਸ ਤਰ੍ਹਾਂ ਨੋਬਤ ਤੇ ਸਟੋਰ ਕੀਆ ਕਿ ਹੁਣ ਜਿੰਨੀ ਆਮਦਨੀ ਸਾਡੀ ਉਤਨਾ ਸਾਡਾ ਮਤਲਬ ਇਹ ਉਹ ਖਰਚਾ ਉਸ ਤੋਂ ਜ਼ਿਆਦਾ ਹੋ ਗਿਆ ਇਸ ਵਾਸਤੇ ਸਾਰ ਪਿੱਛੇ ਜਾਣਾ ਪਊਣਾ ਮਜਬੂਰੀ ਨਹੀਂ ਉਹਨਾਂ ਆ ਕੇ ਮਜਬੂਰੀ ਪਿੱਛਾ ਜਾਓ ਇਹ ਆ ਜਿੰਨਾ ਬੜਾ ਜ਼ਬਰਦਸਤ ਉਹਨਾਂ ਮੇਰੀ ਗੱਲ ਵੀ ਹੁੰਦੀ ਆਈ ਬਾਹਰ ਨਾ 사ਉਦੀਆ ਸਾਡੇ ਅਜ਼ੀਜ਼ ਨੂੰ ਬੜੇ ਪਿਆਰੇ ਤੇ ਮੰਡੀ ਦੇ ਨੇ ਚੋੜਾਣੇ ਜਦੋਂ ਉਹਨਾਂ ਨਾਲ ਗੱਲ ਵੀ ਹੁੰਦੀ ਹੈ ਤੋ ਉਹਨਾਂ ਬੜਾ ਜ਼ਬਰਦਸਤ ਉਹਨਾਂ ਵੀ ਅੱਗੇ ਮੈਂ ਕਿਹਾ ਮਾਮਲਾ ਹੋ ਗਿਆ ਜੇ ਪਾਕਿਸਤਾਨ ਦਨਮੋਜ ਨਹੀਂ ਹੋਗੀ ਮੈਂ ਕਿਹਾ ਸੰਤ ਮੋਜ ਹੋਗੀ ਕਹਿੰਦਾ ਕਿ ਤੁਹਾਨੂੰ ਮੋਜ ਹੋਗੀ ਸਾਨੂੰ ਸਿੱਥੋਂ ਜਾਣਾ ਸਾਨੂੰ ਜਰਾ ਥੋੜਾ ਮਹਿਸੂਸ ਹੋਣਾ ਚਲੋ ਕੋਈ ਨਹੀਂ ਅਸੀਂ ਵੀ ਕੋਈ ਮਹੀਨਾ ਦੋ ਮਹੀਨੇ ਜਿਉ ਰਿਹਾ ਕਰਾਂਗੇ ਤਾਂ ਸਾਨੂੰ ਵੀ ਆਸੀ ਆਦੀ ਹੋ ਜਾਵਾਂਗੇ ਤੇ ਗੱਲ ਕਰਨ ਦਾ ਮਤਲਬ ਇਹ ਵੇ ਕਿ ਇਹ ਬਿਲਕੁਲ ਉਹਨਾਂ ਨੇ ਕਮਾਲ ਕਰ ਛੇੜਾ ਸਾਡੇ ਵਾਸਤੇ ਬਿਜਲੀ ਮਹਿੰਗੀ ਪਟਰੋਲ ਮਹਿੰਗਾ ਗੈਸ ਰੋਟੀ ਪਾਣੀ ਹਾਰ ਸ਼ਹਿ ਮਹਿੰਗੀ ਔਰ ਉਹਨਾਂ ਕਹਿ ਜਨਾਬ ਨੂੰ ਸਕੂਨ ਲਵੋ ਉਹਨਾ ਜਨਾਬ ਨੂੰ ਆਖਿਆ ਬੋਲ ਕੋ ਖਾਵੇ ਕਾ ਕੋਈ ਬੰਦਾ ਕੋਈ ਬਾਹਰ ਨਿਕਲੇ ਖਾਵੇ ਕਾ ਨਿੰਨੇ ਨਿਕਲਣਾ ਕਿਉਂਕਿ ਸਾਡਾ ਮਾਮਲਾ ਹੀ ਪਿੱਤੇ ਹੀ ਮਰ ਗਿਆ ਬਾਹਰ ਨਿਕਲਣ ਵਾਲਾ ਕਿਸੇ ਬੰਦੇ ਨਿਕਲਣਾ ਹੀ ਨਹੀਂ ਇਸ ਵਾਸਤੇ ਕਿ ਅਸਾਂ ਇਹ ਕੰਮ ਕਰਦੇ ਆ ਕਿ ਜਿਵੇਂ ਪੈਟਰੋਲ ਮਹਿੰਗਾ ਨਹੀਂ ਹੋਇਆ ਹੁੰਦਾ ਪਤਾ ਲੱਗ ਜਾਂਦਾ ਸੂ ਲਈ ਰੱਖਦੇ ਨਾ ਪੈਟਰੋਲ ਮਹਿੰਗਾ ਹੋਇਆ ਹੁਣੇ ਜਿਹੜੇ ਬਾ ਪੈਟਰੋਲ ਪਾਪਣ ਵਾਲੇ ਫੋਨ ਕਰਦੇ ਨੇ ਉੱਥੇ ਪੈਟਰੋਲ ਲੈਣ ਚ ਖਲੋ ਜਾਂਦੇ ਨੇ ਜਨਾਬ ਫੋਨ ਤੇ ਪੈਟਰੋਲ ਫੋਲਡ ਗੱਡੀ ਕਰਾਉਣ ਦੇ ਵਾਲੇ ਭਾਈ ਕੋਈ ਚੱਲ ਨਹੀਂ ਸਾਰੀ ਜ਼ਿੰਦਗੀ ਹੁਣ ਇਹ ਪੈਟਰੋਲ ਚੱਲੇਦਾ ਅੱਗੋਂ ਪੈਟਰੋਲ ਦਵਾਣਾ ਪੁ ਉਹ ਪੈਟਰੋਲ ਪਾਣੀ ਲੋਡ ਕੋ ਨਹੀਂ ਪਉਂਦੀ ਦੂਜੇ ਨੰਬਰ ਤੇ ਜਨਾਬ ਵਾਲੀ ਜਿਹੜੇ ਹੋਣਾ ਗੈਸ ਹੀ ਮਹਿੰਗੀ ਹੋ ਗਈ ਉਹਨਾਂ ਆ ਕੇ ਚਲੋ ਇਹ ਘਰਾਂ ਚ ਆਣ ਦਾ ਬੜਾ ਸ਼ੌਕ ਆ ਇਹ ਲੋਗਾਂ ਦਾ ਬਸ ਸਾਡੇ ਘਰ ਮੀਟਰ ਗੈਸ ਦਾ ਕੋ ਨਹੀਂ ਲੱਗਿਆ ਜੀ ਸਾਡੇ ਘਰ ਬਿਜਲੀ ਨਹੀਂ ਲੱਗੀ ਜੀ ਸਾਡੇ ਘਰ ਆ ਮਸਲਾ ਹੁਣ ਮੌਜੂਦ ਹੋ ਗਈ ਜੇ ਨਾ ਆਪਣਾ ਗੈਸ ਦਾ ਮੀਟਰ ਲਵਾਣੀ ਲੋੜ ਹੋਈ ਥਾਪੀਆਂ ਛਾਪੀਆਂ ਤਾਂ ਮਿੱਟੀ ਗੋਹਾਸ਼ੋ ਮਤਲਬ ਜੋ ਵੀ ਹੈ ਲੱਕੜੀ ਛਕੜੀ ਬਾਹਲੋ ਬੂਲੋ ਤੇ ਆਪਣਾ ਚੁੱਲਾ ਓਸ਼ਲਾ ਬਣਾਈਆਂ ਪੁਰਾਣੀਆਂ ਮਿੱਟੀ ਦੀਆਂ ਪੁਰਾਣਾ ਰਿਵਾਜ ਪੁਰਾਣਾ ਸਿਸਟਮ ਉਹਨਾਂ ਦਾ ਸਿਸਟਮ ਚਰਤ ਮਤਲਬ ਇਹ ਹੈ ਦਹਨ ਤੇ ਬੜਾ ਆਸਾਨ ਹੈ ਕਿਉਂਕਿ ਉਹ ਜਿਹੜੇ ਨੇ ਸਕਾਫਤ ਪਸੰਦ ਲੋਕ ਨੂੰ ਜਿਹੜੇ ਹਕੂਮਤ ਕਰਦੇ ਨੇ ਇਸ ਟਾਈਮ ਇਹ ਬੜੇ ਸਕਾਫਤ ਨੂੰ ਮਤਲਬ ਪੁਰਾਣੀ ਸਕਾਫਤ ਨੂੰ ਬੜੀ ਪਸੰਦ ਹੈ ਇਹਨਾਂ ਆਖਿਆ ਪੁਰਾਣੇ ਦੌਰ ਚ ਚੱਲ ਜਾਓ ਤੁਸੀਂ ਮਤਲਬ ਪਿਛਲੇ ਦੌਰ ਚ ਜਾਓ ਉੱਥੇ ਜਾ ਕੇ ਮौज ਕਰੋ ਇੱਥੇ ਨਵੇਂ ਦੌਰ ਚ ਕਿਤੇ ਲੱਗੇ ਜਾਂਦੇ ਹੋ ਤੁਸੀਂ ਕਿਤੇ ਬੁੱਲੇ ਭੇ ਫਿਰਦੇ ਹੋ ਅਗਾ ਲੱਗੇ ਜਾਂਦੇ ਹੋ ਨਾ ਕੋਈ ਤੁਹਾਨੂੰ ਯਾਦ ਹੈ ਨਾ ਨਾ ਫਿਕਰ ਹੈ ਨਾ ਫਕ ਹੈ ਤੇ ਉਹ ਸਾਹਬੇ ਕਿ ਹੁਣ ਇਹ ਦੱਸੋ ਕਿ ਇਹਨਾਂ ਦਾ ਜਿਹੜਾ ਮਾਮਲਾਤ ਨੂੰ ਜਿਹੜੇ ਲੋਕਾਂ ਦੇ ਸਾਡੀ ਆਵਾਮ ਦੇ ਉਹ ਇਧਰ ਤੇ ਆ ਜਈਏ ਨਾ ਕੁਮਤ ਦੇ ਲੋ ਮਾਮਲੇ ਇਹ ਹਕੂਮਤ ਤੇ ਬੜਾ ਸਾਡੇ ਵਾਸਤੇ ਸਾਡਾ ਬੜਾ ਜ਼ਬਰਦਸਤ ਕਰ ਛੜਿਆ ਤੇ ਆਵਾਮ ਜਿਹੜੀ ਬਿਲਕੁਲ ਲੈਂ ਸਕੂਨ ਨਾਲ ਇੰਜਾਂ ਦੁੱਧ ਪੀ ਕੇ ਸੁੱਤੀ ਪਈਏ ਕੋਈ ਬਾਹਰ ਬੰਦੇ ਡਿਸਕਸ ਕਰ ਦੇਣਾ ਕਿਉਂਕਿ ਸਿਰ ਹੋ ਗਈਆਂ ਬਿਲਕੁਲ ਇੰਜਾਂ ਲੇਜ਼ੀ ਟੈਪ ਜਿਵੇਂ ਨਹੀਂ ਹੁੰਦਾ ਬੇ ਬਿਲਕੁਲ ਬੇਸ ਟੈਪ ਕੋਈ ਬੋਲਣਾ ਨਹੀਂ ਕੋਚਾਲ ਇਹ ਨਹੀਂ ਕੀਤਾ ਕਿ ਲੈਂਡ 'ਚ ਗੱਡੀਆਂ ਖੜਾਉਣੇ ਪੈਟਰੋਲ ਪੋਣੇ ਜਾਂ ਸੜਕਾਂ ਕਿਉਂ ਨਾ ਕਰਵਾ ਛੜਿਆ ਸੀ ਕੋਈ ਬੂਏ ਕੇ ਕਰਵਾ ਕੇ ਕੀ ਪਤਾ ਗਾਰਸ਼ ਬੰਦ ਕਰ ਛੜੀ ਜਨਾਬ ਇਹ ਕਰਨ ਦੇ ਬਜਾਏ ਨਾ ਆਖਿਆ ਜਿੰਨੇ ਇਸ ਗੈਸ ਪ પેટ્રોલ ਪਵਾਣਾ ਹੈ ਜੀ ਤੇ ਇਹਨਾਂ ਨੇ ਜਨਾਬ ਲਈਏ ਕਿ ਆਵਾਮ ਜਿਹੜੀ ਇਹਨਾਂ ਨੇ ਚੁੱਪ ਕਰਕੇ ਗੱਲ ਕਰ ਰਹੇ ਨੇ ਕਹਿੰਦੇ ਜੀ 500 ਰੁਪਏ ਦਾ ਸਿਕਟ ਹੋ ਗਿਆ ਤੇ 250 ਰੁਪਏ ਦੀ ਫਲਾਣੀ ਟੱਪੀ ਹੋ ਗਈ ਤੇ 500 ਦੀ ਫਲਾਣੀ ਹੋ ਗਈ ਤੇ ਉਹਨੇ ਮਾਮਲੇ ਚੱਲ ਗਏ ਇਹ ਗੱਲ ਡਿਸਕਸ ਕਰਦੇ ਨੇ ਲੇਕਿਨ ਬੋਲ ਲੈ ਕੋਈ ਬੋਲ ਬਾਹਰ ਨਹੀਂ ਨਿਕਲਦਾ ਕੋਈ ਕੋਈ ਇਹ ਕੋਸ਼ਿਸ਼ ਹੀ ਨਹੀਂ ਕਰੇਗਾ ਉਹ ਆਦਿ ਲੀਡਰ ਜਾਣ ਜਿਨ੍ਹਾਂ ਨੇ ਸਿੱਖ ਵੋਟ ਦਿੰਨੇ ਆ ਸਾਰੀ ਜ਼ਿੰਮੇਵਾਰੀਆਂ ਹੀ ਉਹਨਾਂ ਪਾਛੜੀਆਂ ਲੀਡਰਾਂ ਤੇ ਜਿਹੜੇ ਜਿਹੜੀਆਂ ਜਿਹੜੀਆਂ ਪਾਰਟੀਆਂ ਦੇ ਨੂੰ ਨਾ ਆਖਿਆ ਉਹ ਨਹੀਂ ਕਰਨਾ ਹੈ ਉਹਨਾਂ ਹੀ ਨਿਕਲ ਰਹਾ ਹੈ ਉਹਨਾਂ ਦੀ ਜ਼ਿੰਮੇਵਾਰੀ ਏ ਸਾਡੀ ਨਾ ਕੋਈ ਜ਼ਿੰਮੇਵਾਰੀ ਏ ਨਾ ਕੋਈ ਸਾਡੇ ਮਾਮੂਲਤ ਨੂੰ ਆਵਾਮ ਬਿਲਕੁਲ ਐਨ ਸਕੂਨ ਨਾਲ ਸੁੱਤੀ ਪਈ ਏ ਸਮਝ ਆਈਏ ਨਾ ਉਹਨਾਂ ਆਖੇ ਬਠੀਕ ਮਹਿੰਗਾਈ ਹੁੰਦੀ ਪਈ ਹੋਵੇ ਪਈਵੇ ਕੋ ਨਾ ਤਕਰੀਰ ਕੀਤੀ ਏ ਕੋਈ ਕਿਸੇ ਜਗ੍ਹਾ ਤੇ ਇਤਜਾਜ ਹਤਾ ਦੱਸੋ ਐ ਜਿਹੜੇ ਮਹਿੰਗਾਈ ਹੋਈ ਏ ਕੀ ਕੋਈ ਕਿਸੇ ਰੋਡ ਬੰਦ ਕੀਤਾ ਏ ਦੱਸੋ ਕਿਸੇ ਹੜਤਾਲ ਕੀਤੀ ਦੱਸੋ ਕਿਸੇ ਪਾਰਟੀ ਨੇ ਕੀਤੀ ਤੇ ਦੱਸੋ ਇਹ ਦੱਸੋ ਬਤਮਾਸ਼ਾਈ ਪੂਰੀ ਕੌਮ ਨਾ ਬਣੇ ਪਈ ਪੂਰੀ ਕੌਮ ਤੋਂ ਮਸ਼ਾਈ ਭਨੇ ਪਏ ਆ ਸਕੂਲਸ ਮਤਲਬ ਲੈਣਿਆਂ ਪੇ ਡਾਲਰ ਬਾਹਰ ਜਾਂਦਾ ਪਏ ਤੇ ਜਾਵੇ ਪਿਆ ਅਫਗਾਨਿਸਤਾਨ ਆਟਾ ਜਾਂਦਾ ਤੇ ਜਾਵੇ ਪਿਆ ਅਗੋ ਨਵੀਂ ਕੜਨ ਗੱਡੋ ਉਹ ਵੀ ਬਾਹਰ ਗੱਲ ਛੜਨਾ ਨਵੀਂ ਕੜਨ ਗੱਡੇ ਤੇ ਉਹ ਵੀ ਬਾਹਰ ਟੁੱਟ ਜਾਏਦੀ ਅਸੈਂਬਲੀ ਵਿੱਚ جناب ਅਲੀ ਜੋ ਬੀਬੀ ਐਕਸਰਦੀ ਭੈਣ ਨੇ ਉਹਨੇ ਤਕਰੀਰ ਕੀਤੀ ਕਮਾਲ ਕਰ ਛੜਿਆ ਜ਼ੈਰੀ ਗੱਲ ਉਹਨੇ ਤੇ ਤਿਆਰ ਕੀਤਾ ਉਹਨੇ ਤੇ ਆਪਣਾ ਹੱਕ ਦਾ ਕਰ ਛੜਿਆ ਅੱਲਾਹ ਤਾਲਾ ਉਹਨੂੰ ਜ਼ਿੰਦਗੀ ਦੇਵੇ ਤੇ ਇੱਜ਼ਤ ਦੇਵੇ ਉਹਨੇ ਕਾਰ ਛੜਿਆ 100 ਅਲਮ ਨੇ ਵੀ ਕਾਰ ਛੜਿਆ ਬਾਕੀ ਜਿੰਨੇ ਜਨਾ ਕੀਤਾ ਉਹਨਾਂ ਦਾ ਮਤਲਬ ਕੀਤਾ ਨਾ ਹੁਣ ਉਹ ਬਾਕੀ ਉਹ ਲੋਗਾਂ ਨੂੰ ਸਨ ਮੋਟੀਵੇਟ ਉਹਨਾਂ ਕੀਤਾ ਹੈ ਮੈਂ ਇਹ ਮਹਿੰਗਾਈ ਉਹਨਾਂ ਨੂੰ ਵੀ ਉਤਤ ਕੀਤਾ ਨੇ ਤੇ ਮਤਲਬ ਉਹਨਾਂ ਨੂੰ ਨਾ ਉਤਰੀਆਂ ਸਮਝ ਆਉਣੀ ਚਾਹੀਦੀ ਹੈ ਹਕੂਮਤਿਆਂ ਦਾ ਸਾ ਪ੍ਰੋਟੋਕੋਲ ਘਟ ਕਰਨਾ ਹੈ ਇਹ 1.5 ਲੱਖ ਗੱਡੀ ਹੈ ਇਹਦਾ ਅਸਾਂ ਇਹ ਹੀ ਚਲਾਣੀ ਹੈ ਪਟੋਲ ਖੁੱਲਾ ਚਲਾਣਾ ਤੇ ਫਿਰ ਵੀ ਇਹਨਾਂ ਦੀ ਮਰਜ਼ੀ ਹੈ ਕਿਉਂਕਿ ਕੋਈ ਅਸਾਂ ਨਹੀਂ ਬੋਲਣਾ ਅਸਾਂ ਜਨਾਬ ਇਹਲੀ ਬਿਲਕੁਲ ਐਂ ਬਹਿਸ ਮਾਮਲੇ ਚੱਲ ਗਏ ਸਕੂਨ.com ਕੋਈ ਪੁੱਛਣਾ ਨਹੀਂ ਹਕੂਮਤ ਨੂੰ ਬਸ ਤੁਸੀਂ ਕੀ ਕਰਦੇ ਹੋ ਪਏ ਕੀ ਨਹੀਂ ਕਰਦੇ ਹੋ ਪਏ ਬਸ ਇੰਜੇ ਤਵਾਸ਼ਾ ਬੈਣ ਹਰ ਬੰਦਾ ਦਾ ਮੈਂ ਆਪਣਾ ਚੱਲਦਾ ਪਿਆ ਮੇਰਾ ਹੈ ਗਰੀਬਾਂ ਛੱਡੋ ਪਰਾਂ ਮਾੜਾ ਬੰਦਾ ਜੇ ਤਨਖਾਹ ਥੋੜੀ ਉਹ ਦਾ ਆਪਣਾ ਮਾਮਲਾ ਆਤ ਨੂੰ ਜਿਹਦੇ ਪੈਸੇ ਆਣ ਜਿਹਦਾ ਮਾਮਲਾ ਜਵਾਦ ਛੱਡੋ ਪਰਾਂ ਦੂਜਿਆਂ ਦੀ ਕੋਈ ਗੱਲ ਨਹੀਂ ਬਸ ਮੈਂ ਆਪਣਾ ਹਰ ਬੰਦਾ ਬਿਲਕੁਲ ਨਾ ਜਿਵੇਂ ਅਸੀਂ ਕਹਿੰਦੇ ਆ ਨਾ ਬੇਸ ਹੋ ਗਏ ਆ ਸਾਰੇ ਸਾਰੇ ਅਸੀਂ ਬੇਸ ਹੋ ਗਏ ਆ ਔਰ ਬਿਲਕੁਲ ਅਸੀਂ ਦੂਜੇ ਦਾ ਖਿਆਲ ਬਿਲਕੁਲ ਵੀ ਨਹੀਂ ਇਨਸਾਨੀਅਤ ਜਿਹੜੀ ਉਹ ਸਾਡੇ ਚ ਬਹੁਤ ਹੀ ਥੋੜੀ ਜਿਹੀ ਰਹਿ ਗਈ ਹੈ ਜਿਹੜੀ ਕਿ ਇਨਸਾਨੀਅਤ ਬਹੁਤ ਜ਼ਿਆਦਾ ਹੋਣੀ ਚਾਹੀਦੀ ਸੀ ਕਿਉਂਕਿ ਇਨਸਾਨੀਅਤ ਹੋਵੇ ਤੇ ਇਨਸਾਨੀਅਤ ਦੇ ਕਤਲ ਅਸੀਂ ਨਾ ਕਰੀਏ ਕਤਲੋਗਾਰ ਅਸੀਂ ਕਰੀ ਹੁੰਨੇ ਆ ਅਸੀਂ ਇੱਕ ਦੂਜੇ ਦਾ ਖਾਈ ਹੁੰਨੇ ਆ ਅਸੀਂ ਇੱਕ ਦੂਜੇ ਦੇ ਮਤਲਬ ਬੈਕ ਮਤਲਬ ਇਹ ਗਿਲਾ ਕਰੀ ਹੁੰਨੇ ਆ ਅਸੀਂ ਬਦਖੋਈਆਂ ਕਰੀ ਹੁੰਨੇ ਆ ਅਸੀਂ ਸਾਰੇ ਮਾਮਲੇ ਉਹ ਕਰੀ ਹੁੰਨੇ ਆ ਜਿਹੜੇ ਇਸਲਾਮੀ ਮਾਸ਼ਰੇ ਦੇ ਨਹੀਂ ਹੋਣੇ ਚਾਹੀਦੇ ਅਸੀਂ ਹਕੂਮਤਾਂ ਵੀ ਉਹ ਹੀ ਕਰੀ ਜਾਂਦੀਆਂ ਨੇ ਤੇ ਅਸੀਂ ਵੀ ਉਹ ਹੀ ਕਰੇ ਜਾਂਦੇ ਹਾਂ ਜਿਹੜੇ ਇਸਲਾਮੀ ਮਾਸ਼ਰੇ ਦੇ ਨਹੀਂ ਹੋਣੇ ਚਾਹੀਦੇ ਅਸੀਂ ਸਾਰੇ ਆਪਣਾ ਮੁਆਖਜ਼ਾ ਕਰਦੇ ਹੀ ਨਹੀਂ ਅਸੀਂ ਆਪਣਾ ਵੇਖਦੇ ਨਹੀਂ ਬਸ ਸਾਡੇ ਕੋਲ ਇਹ ਗਲਤੀਆਂ ਇਹ ਮਾਮੂਲਾਤ ਨੂੰ ਇਹ ਕਿਵੇਂ ਹੋਵੇ ਦਾ ਨਾ ਨਮਾਜ਼ ਹੈ ਨਾ ਰੋਜ਼ਾ ਹੈ ਮਤਲਬ ਇਹ ਗੱਲ ਕਰਨ ਦਾ ਮਤਲਬ ਹੈ ਕਿ ਸਾਡੇ ਜਿਹੜੇ ਬਜ਼ੁਰਗ ਮਤਲਬ ਇਹਨ ਸਾਡੇ ਜਿਹੜੇ ਮਤਲਬ ਇਹ ਕਿ ਅਸੀਂ ਸਾਰੇ ਮੁਸਲਮਾਨ ਹਾਂ ਸਾਨੂੰ ਚਾਹੀਦਾ ਇੱਕ ਇਹ ਅਗਰ ਬਾਹਰ ਨਾ ਨਿਕਲ ਸਕਦੇ ਰੱਬ ਅੱਗੇ ਤੇ ਗੜਗੜਾ ਕੇ ਰੋ ਸਕਦੇ ਹੋ ਨਾ ਮਸੀਤੀ ਉਹ ਬਰੀਡੀਆਂ ਚਾਹੀਦੀਆਂ ਕਿ ਨਹੀਂ ਬਰੀਡੀਆਂ ਚਾਹੀਦੀਆਂ ਤੋਬਾ ਤੈਬ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਔਰ ਹਕੂਮਤ ਇਹਨਾਂ ਮਤਲਬ ਇਹ ਮਹਿੰਗਾਈ ਤੋਂ ਜਾਨ ਆਈ ਆ ਮਤਲਬ ਜਾਨ ਛੁਡਾਣੀ ਚਾਹੀਦੀ ਕਿ ਨਹੀਂ ਚਾਹੀਦੀ ਇਹ ਜਿਹੜੀ ਈਸਟ ਇੰਡੀਆ ਕੰਪਨੀ ਵਾਲਾ ਮਾਮਲਾ ਸਾਡਾ ਚੱਲਦਾ ਪਿਆ ਇਹ ਸਾਡਾ ਖਤਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਤਾਂ ਖਤਮ ਹੋਣਾ ਹੈ ਜੇ ਅਸਾਂ ਨੇ ਹਰਕਤ ਕਰਨੀ ਹੈ ਅੱਲਾਹ ਰਸੂਲ ਵਾਲਾ ਮਾਮਲਾ ਕਰ ਲੋ ਤੇ ਬਿਹਤਰੀਨ ਹੋ ਜਾਏਗਾ ਉਸ ਉਹ ਰੱਬ ਜਿਹੜਾ ਹੈ ਰੱਬ ਤੇ ਸਾਰੀ ਦੁਨੀਆ ਤੇ ਹਕੂਮਤ ਕਰਦਾ ਉਹ ਤੇ ਚਾਹੇ ਤੇ ਇੰਜ ਇੰਜ ਕਰ ਦੇਵੇ लेकिन असं बन जाइए थे अगर उसे बन जाइए तो खुदा की कस्में छा जाइए अखा जी सलम के सुन्नत दे, और द्रूस शरीफ से और नमाजा तीस लग जाइए क्योंकि फर्ज नमाज जी ना पढ़ना कुफर है जी किसी सारे, सारे बंद पता है लेकिन आखिर कोई गल नहीं गल करने मतलब अपना किबला दुरुस्त कर लीएसरा करिए सारे सारे कर लीए ਤੇ ਸੋਚੀਏ ਤੇ ਇਨਸ਼ਾ ਅੱਲਾਹ ਕਰਮ ਹੋ ਜਾਸੀ ਰਹਿਮਤ ਹੋ ਜਾਸੀ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਮੇਰੀ ਤੁਸੀਂ ਵੀਡੀਓ ਵੇਦੇ ਹੋ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਮੈਂ ਤੁਸੀਂ ਮੇਰੇ ਮੋਸਨ ਹੋ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਔਰ ਮੈਂ ਜਿਹੜੀ ਗੱਲਾਂ ਕਰਨਾ ਇਹਨਾਂ ਦਾ ਤੁਸੀਂ ਦੱਸ ਦਿਓ ਫੋਨ ਕਰਕੇ ਮੈਨਾਂ ਦੇਓ ਬਤ ਤੁਸੀਂ ਚਾਹੀ ਕੀਤੀਆਂ ਜਾਂ ਮਾੜੀਆਂ ਕੀਤੀਆਂ ਜੋ ਵੀ ਦੱਸ ਦਿਓ ਇਹਦਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੇ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਾਤੋ ਅਸਲਾਮੁਅਲੈਕੁਮ